ਸਾਰੇ ਵਿਦਿਆਰਥੀਓ ਅੱਜ ਅਸੀਂ ਠੋਸਾਂ ਦੇ ਸੰਯੋਜਨ ਦੀ ਸਤ੍ਹਾ ਦੇ ਖੇਤਰਫਲ ਬਾਰੇ ਐਕਟੀਵਿਟੀ ਕਰਾਂਗੇ ਇਸ ਵਿੱਚ ਅਸੀਂ ਵੱਖ-ਵੱਖ ਪ੍ਰਕਾਰ ਦੇ ਸੰਯੋਜਨ ਪਾ ਕੰਬੀਨੇਸ਼ਨ ਸ਼ਾਮਲ ਕਰਾਂਗੇ ਜਿਸ ਦੇ ਵਿੱਚ ਸਿਲੰਡਰ ਅਰਧ ਗੋਲਾ ਸ਼ੰਕੂ ਆਦ ਇਹਨਾਂ ਦੇ ਜੋ ਸੰਯੋਜਨ ਹਨ ਜਾਂ ਕੰਬੀਨੇਸ਼ਨ ਹਨ ਉਹਨਾਂ ਦੇ ਬਾਰੇ ਅਸੀਂ ਐਕਟੀਵਿਟੀ ਲਈ ਵਿਸਥਾਰ ਸਹਿਤ ਜਾਣਾਂਗੇ ਕਿ ਕਿਸ ਤਰ੍ਹਾਂ ਇਹਨਾਂ ਦੀ ਸਤ੍ਹਾ ਦਾ ਖੇਤਰਫਲ ਪਤਾ ਕੀਤਾ ਜਾ ਸਕਦਾ ਹੈ ਪਿਆਰੇ ਵਿਦਿਆਰਥੀਓ ਆਓ ਹੁਣ ਅਸੀਂ ਠੋਸਾਂ ਦੇ ਸੰਯੋਜਨਾਂ ਦੀ ਸਤ੍ਹਾ ਦੇ ਖੇਤਰਫਲ ਬਾਰੇ ਜਾਣਕਾਰੀ ਹਾਸਲ ਕਰੀਏ ਪਰ ਇਸ ਤੋਂ ਪਹਿਲਾਂ ਅਸੀਂ ਬੇਸਿਕ ਜੋ ਸਾਡੀਆਂ ਸ਼ੇਪਸ ਹੈਗੀਆਂ ਨੇ ਜਾਂ ਸੋਲਿਡਸ ਹੈਗੇ ਨੇ ਉਹਨਾਂ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਸਾਡੇ ਕੋਲ ਸਭ ਤੋਂ ਪਹਿਲੀ ਸ਼ੇਪ ਜੋ ਅਸੀਂ ਲਈ ਹੈ ਉਹ ਘਣ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਆਕ੍ਰਿਤੀਆਂ ਜਾਂ ਸੋਲਿਡਸ ਤੁਸੀਂ ਆਪਣੇ ਆਲੇ-ਦੁਆਲੇ ਜ਼ਰੂਰ ਵੇਖੇ ਹੋਵੋਗੇ ਇਸ ਤਰ੍ਹਾਂ ਦੇ ਬਾਕਸੇਸ ਜਾਂ ਡਾਈਸ ਜਾਂ ਕਯੂਬ ਬਹੁਤ ਸਾਰੀਆਂ ਸ਼ੇਪਸ ਸਾਡੇ ਆਲੇ-ਦੁਆਲੇ ਆਮ ਹੀ ਵੇਖਣ ਨੂੰ ਮਿਲ ਜਾਂਦੀਆਂ ਹਨ ਜਦੋਂ ਅਸੀਂ ਕਿਸੇ ਘਣ ਆਕਾਰ ਦੇ ਬਾਕਸ ਨੂੰ ਖੋਲਦੇ ਹਾਂ ਤਾਂ ਇਸ ਤਰ੍ਹਾਂ ਦੀ ਦੋ ਪਸਾਰੀ ਆਕ੍ਰਿਤੀ ਸਾਡੇ ਸਾਹਮਣੇ ਆ ਜਾਂਦੀ ਹੈ ਜੋ ਤੁਸੀਂ ਸਕਰੀਨ ਦੇ ਉੱਪਰ ਵੇਖ ਰਹੇ ਹੋ ਇਸ ਦੇ ਵਿੱਚ ਇਸ ਦੇ ਸਾਰੇ ਫੇਸੇਜ਼ ਜਿਹੜੇ ਹੈਗੇ ਨੇ ਉਹ ਇੱਕੋ ਹੀ ਆਕਾਰ ਦੇ ਵਰਗ ਆਕਾਰ ਦੇ ਸਾਡੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੀ ਗਿਣਤੀ ਸਾਡੇ ਕੋਲ 6 ਹੈ ਅਸੀਂ ਗਿਣ ਵੀ ਲੈਂਦੇ ਹਾਂ 1 2 3 4 5 6 ਇਸ ਤਰ੍ਹਾਂ ਸਾਡੇ ਕੋਲ ਘਣਕਾਰ ਦਾ ਬਾਕਸ ਖੋਲਣ ਤੋਂ ਬਾਅਦ ਇਹ ਦੋ ਪਸਾਰੀ ਆਕ੍ਰਿਤੀ ਸਾਡੇ ਸਾਹਮਣੇ ਆਉਂਦੀ ਹੈ ਹਰੇਕ ਫੇਸ ਦੇ ਵਿੱਚ ਅਸੀਂ ਦੇਖੀਏ ਤਾਂ ਇੱਕ ਵਰਗ ਦਾ ਆਕਾਰ ਸਾਨੂੰ ਦਿਖ ਰਿਹਾ ਹੈ ਜਿਸ ਦੀ ਲੰਬਾਈ ਚੜਾਈ A ਹੈ ਭਾਵ ਉਸ ਦੀ ਭੁਜਾ ਦੀ ਜੋ ਲੰਬਾਈ ਹੈ ਉਹ A ਹੈ ਭਾਵ ਇੱਥੇ ਹਰੇਕ ਵਰਗ ਦਾ ਜੋ ਖੇਤਰਫਲ ਹੋਏਗਾ ਉਹ A ਦਾ ਵਰਗ ਹੋਏਗਾ ਸਾਡੇ ਕੋਲ ਇਸ ਤਰ੍ਹਾਂ ਦੇ 6 ਵਰਗ ਹਨ ਤਾਂ ਅਸੀਂ ਆਸਾਨੀ ਨਾਲ ਦੱਸ ਸਕਦੇ ਹਾਂ ਕਿ ਇਸ ਦਾ ਜਿਹੜਾ ਕੁੱਲ ਖੇਤਰਫਲ ਹੈ ਇਸ ਦੀ ਸਤ੍ਹਾ ਦਾ ਕੁੱਲ ਖੇਤਰਫਲ ਜੋ ਹੋਏਗਾ ਉਹ 6a ਦੀ 2 ਹੋਵੇਗਾ ਅਗਲਾ ਜੋ ਅਸੀਂ ਸੋਲਿਡ ਲਿਆ ਹੈ ਉਹ ਹੈ ਘਣਾਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਆਕ੍ਰਿਤੀਆਂ ਬਹੁਤ ਸਾਰੇ ਜੋ ਢਾਂਚੇ ਹਨ ਤੁਹਾਡੇ ਆਲੇ-ਦੁਆਲੇ ਦੇ ਵਿੱਚ ਆਸਾਨੀ ਨਾਲ ਤੁਸੀਂ ਲੱਭ ਸਕਦੇ ਹੋ ਕੁਝ ਜੋ ਹਨ ਉਹਨਾਂ ਦੇ ਫੋਟੋਆਂ ਜਾਂ ਉਹਨਾਂ ਦੀਆਂ ਪਿਕਸ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਤੁਸੀਂ ਆਮ ਆਪਣੇ ਜੀਵਨ ਦੇ ਵਿੱਚ ਵੇਖਦੇ ਹੋ ਤੁਹਾਡੀ ਕਿਤਾਬ ਜੋ ਹੈ ਉਹ ਵੀ ਕਨਾਵ ਕਰਦੀ ਹੈ ਜਦੋਂ ਅਸੀਂ ਕਿਸੇ ਕਨਾਬ ਆਕਾਰ ਦੇ ਬਾਕਸ ਨੂੰ ਜਾਂ ਡੱਬੇ ਨੂੰ ਖੋਲਦੇ ਹਾਂ ਇਸ ਤਰ੍ਹਾਂ ਦੀ ਆਕ੍ਰਿਤੀ ਸਾਡੇ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਲੰਬਾਈ ਚੜਾਈ ਤੇ ਉਚਾਈ ਵੱਖਰੀ-ਵੱਖਰੀ ਹੈ ਇਸ ਲਈ ਇਸ ਦੇ ਵਿੱਚ ਤਿੰਨ ਵੱਖ-ਵੱਖ ਜੋੜੇ ਸਾਡੇ ਕੋਲ ਸਾਹਮਣੇ ਆਉਂਦੇ ਹਨ ਪਹਿਲਾ ਇਹ ਜੋੜਾ ਦੂਸਰਾ ਇਹ ਵਾਲਾ ਜੋੜਾ ਤੀਸਰਾ ਇਹ ਵਾਲਾ ਜੋੜਾ ਮੈਂ ਇਹਨਾਂ ਨੂੰ ਅਲੱਗ-ਅਲੱਗ ਜੋ ਕਲਰਸ ਹੈਗੇ ਨੇ ਉਹ ਦੇ ਦਿੱਤੇ ਹਨ ਇਸ ਤਰ੍ਹਾਂ ਇਹਨਾਂ ਜੋੜਿਆਂ ਦਾ ਜੋ ਖੇਤਰਫਲ ਹੋਏਗਾ ਉਹ ਆਪਸ ਦੇ ਵਿੱਚ ਬਰਾਬਰ ਹੋਏਗਾ ਤੇ ਇਸ ਤਰ੍ਹਾਂ ਦੇ ਦੋ ਜੋੜੇ ਹਨ ਇਸ ਲਈ ਅਸੀਂ ਹਰੇਕ ਖੇਤਰਫਲ ਜੋ ਅਸੀਂ ਕੱਢਿਆ ਹੈ ਇੱਕ ਤਰੀਕੇ ਦੇ ਨਾਲ ਉਸ ਨੂੰ ਅਸੀਂ ਦੋ ਨਾਲ ਗੁਣਾ ਕਰ ਦੇਵਾਂਗੇ ਭਾਵ ਅਸੀਂ ਇੱਥੇ ਫਾਰਮੂਲਾ ਸਾਡੇ ਕੋਲ ਕੀ ਸਾਹਮਣੇ ਆਉਂਦਾ ਹੈ ਇਹ ਵਾਲਾ ਫਾਰਮੂਲਾ ਸਾਡੇ ਸਾਹਮਣੇ ਆਉਂਦਾ ਹੈ 2 ਬ੍ਰੈਕਟ ਦੇ ਵਿੱਚ ਲੰਬਾਈ ਚੜਾਈ ਜੋੜ ਚੁੜਾਈ ਉਚਾਈ ਜੋੜ ਉਚਾਈ ਗੁਣਾ ਲੰਬਾਈ ਅਸੀਂ ਇਸ ਤਰ੍ਹਾਂ ਦੇ ਪੇਅਰਸ ਜਿਹੜੇ ਹੈਗੇ ਨੇ ਬਣੇ ਸੀ 2-2 ਉਹਨਾਂ ਦਾ ਸਾਰਿਆਂ ਦਾ ਖੇਤਰਫਲ ਜੋੜ ਦਵਾਂਗੇ ਤਾਂ ਇੱਥੇ ਸਾਡੇ ਕੋਲ ਕਨਾਵ ਦਾ ਜੋ ਕੁੱਲ ਸਤ੍ਹਾ ਦਾ ਖੇਤਰਫਲ ਹੈ ਉਹ ਸਾਡੇ ਸਾਹਮਣੇ ਆ ਜਾਵੇਗਾ ਅਗਲੀ ਆਕ੍ਰਿਤੀ ਜੋ ਅਸੀਂ ਲਈ ਹੈ ਉਹ ਹੈ ਸਿਲੰਡਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਆਕ੍ਰਿਤੀਆਂ ਤੁਸੀਂ ਆਮ ਆਪਣੇ ਜੀਵਨ ਦੇ ਵਿੱਚ ਵੇਖਦੇ ਹੋ ਕੁਝ ਜੋ ਆਬਜੈਕਟਸ ਨੇ ਕੁਝ ਜੋ ਚੀਜ਼ਾਂ ਨੇ ਉਹ ਮੈਂ ਤੁਹਾਡੇ ਲਈ ਉਹਨਾਂ ਦੀਆਂ ਪਿਕਸ ਇੱਥੇ ਲਗਾਈਆਂ ਹਨ ਇਸ ਤਰ੍ਹਾਂ ਦੀਆਂ ਬੜੀਆਂ ਹੀ ਪਿਕਸ ਜਾਂ ਬੜੀਆਂ ਹੀ ਚੀਜ਼ਾਂ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਵੇਖਦੇ ਹੋ ਵਰਤਦੇ ਹੋ ਜਦੋਂ ਅਸੀਂ ਸਿਲੰਡਰ ਨੂੰ ਖੋਲਦੇ ਹਾਂ ਤਾਂ ਸਾਡੇ ਕੋਲ ਇਸ ਤਰ੍ਹਾਂ ਦੀ ਇੱਕ ਆਇਤਾਕਾਰ ਸ਼ੀਟ ਸਾਹਮਣੇ ਆਉਂਦੀ ਹੈ ਆਇਤਾਕੀ ਤਰਫਲ ਅਸੀਂ ਜਾਣਦੇ ਹਾਂ ਲੰਬਾਈ ਗੁਣਾ ਚੌੜਾਈ ਹੁੰਦਾ ਹੈ ਇੱਥੇ ਜੇਕਰ ਅਸੀਂ ਲੰਬਾਈ ਦੀ ਗੱਲ ਕਰੀਏ ਤਾਂ ਉਹ ਸਾਡੇ ਸਿਲੰਡਰ ਦੇ ਵਿੱਚੋਂ ਅਸੀਂ ਉਹਨੂੰ ਕੱਢਣ ਦੀ ਕੋਸ਼ਿਸ਼ ਕਰੀਏ ਤਾਂ ਉਹ ਇੱਕ ਚੱਕਰ ਦੇ ਜੋ ਘੇਰਾ ਹੈ ਜਾਂ ਉਸ ਦਾ ਪਰਮਾਪ ਹੈ ਉਸ ਦੇ ਬਰਾਬਰ ਹੋਏਗਾ ਉਹ ਸਾਡੇ ਕੋਲ ਕਿੰਨਾ ਹੁੰਦਾ ਹੈ 2πr ਤੇ ਇਸ ਦੀ ਜੋ ਚੌੜਾਈ ਹੋਏਗੀ ਉਹ ਸਿਲੰਡਰ ਦੀ ਉਚਾਈ ਦੇ ਬਰਾਬਰ ਹੋਏਗੀ ਜੋ ਕਿ h ਹੈ ਅਸੀਂ ਇਹਨਾਂ ਦੋਵਾਂ ਨੂੰ ਗੁਣਾ ਕਰਦੇ ਹਾਂ ਤਾਂ ਸਾਡੇ ਕੋਲ 2πrh ਫਾਰਮੂਲਾ ਆ ਜਾਂਦਾ ਹੈ ਜਦੋਂ ਅਸੀਂ ਇਸ ਦੇ ਕਰਵਡ ਸਰਫਸ ਏਰੀਆ ਦੀ ਗੱਲ ਕਰਦੇ ਹਾਂ ਜਾਂ ਪਾਸਵੀਂ ਸਤ੍ਹਾ ਦੇ ਖੇਤਰਫਲ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਸਿਲੰਡਰ ਦੇ ਵਿੱਚ ਕੁੱਲ ਸਤ੍ਹਾ ਦੇ ਖੇਤਰਫਲ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਪਾਸਵੀਂ ਸਤ੍ਹਾ ਦਾ ਖੇਤਰਫਲ ਜੋ ਅਸੀਂ ਹੁਣੇ ਹੀ ਵੇਖਿਆ ਹੈ ਉਸ ਦੇ ਵਿੱਚ ਅਸੀਂ ਦੋ ਚੱਕਰ ਜੋ ਹਨ ਜੋ ਇਸ ਦੇ ਉੱਪਰਲਾ ਤੇ ਥੱਲੇ ਵਾਲਾ ਢੱਕਣ ਹੁੰਦੇ ਹਨ ਉਹਨਾਂ ਦਾ ਖੇਤਰਫਲ ਜੋੜ ਦੇਣਾ ਹੈ ਭਾਵ ਇੱਥੇ ਸਾਡੇ ਕੋਲ 2 파i r² ਦੇ ਵਿੱਚ ਜੋੜਾਂਗੇ ਤਾਂ ਉੱਥੋਂ ਕਾਮਨ ਕੱਢਣ ਤੋਂ ਬਾਅਦ ਸਾਡੇ ਕੋਲ ਇਹ ਫਾਰਮੂਲਾ ਜੋ ਹੈ ਸਿਲੰਡਰ ਦੇ ਕੁੱਲ ਸਤ੍ਹਾ ਦੇ ਖੇਤਰਫਲ ਦਾ ਸਾਡੇ ਸਾਹਮਣੇ ਆ ਜਾਏਗਾ ਅਗਲਾ ਜੋ ਥੋਸ ਹੈ ਉਹ ਸਾਡੇ ਕੋਲ ਹੈ ਕੋਨ ਜਾਂ ਸ਼ੰਕੂ ਇਸ ਦੀ ਵਰਤੋਂ ਵੀ ਅਸੀਂ ਹਰ ਰੋਜ਼ ਹੀ ਕਰਦੇ ਰਹਿੰਦੇ ਹਾਂ ਸਾਡੇ ਆਲੇ-ਦੁਆਲੇ ਇਹ ਜੋ ਠੋਸ ਹੈ ਅਕਸਰ ਹੀ ਮੌਜੂਦ ਰਹਿੰਦਾ ਹੈ ਭਾਵੇਂ ਉਹ ਆਈਸਕ੍ਰੀਮ ਕੋਨ ਦੇ ਰੂਪ ਦੇ ਵਿੱਚ ਹੋਵੇ ਭਾਵੇਂ ਉਹ ਬਰਥਡੇ ਕੈਪ ਦੇ ਰੂਪ ਦੇ ਵਿੱਚ ਹੋਵੇ ਭਾਵੇਂ ਅਸੀਂ ਉਸ ਨੂੰ ਸੜਕਾਂ ਤੇ ਵੇਖਿਆ ਹੋਵੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜੋ ਸੋਲਿਡ ਹਨ ਉਹ ਸਾਡੇ ਕੋਲ ਮੌਜੂਦ ਰਹਿੰਦੀਆਂ ਹਨ ਅਤੇ ਅਕਸਰ ਸੀ ਉਹਨਾਂ ਦੇ ਵਰਤੋਂ ਕਰਦੇ ਰਹਿੰਦੇ ਹਾਂ ਜਦੋਂ ਅਸੀਂ ਕੋਨ ਨੂੰ ਖੋਲਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਇੱਕ ਚੱਕਰ ਦਾ ਹਿੱਸਾ ਹੈ ਤੇ ਇਸ ਨੂੰ ਅਸੀਂ ਜਦੋਂ ਫੋਲਡ ਕਰਕੇ ਬਣਾਉਂਦੇ ਹਾਂ ਤਾਂ ਇਸ ਤਰ੍ਹਾਂ ਦੀ ਸ਼ੇਪ ਕੋਨ ਦੀ ਸ਼ੇਪ ਸਾਡੇ ਕੋਲ ਆਉਂਦੀ ਹੈ ਤੇ ਇਸ ਦਾ ਖੇਤਰਫਲ ਜਦੋਂ ਅਸੀਂ ਕੱਢਾਂਗੇ ਤਾਂ ਸਾਡੇ پاس ਵੀ ਸਤਾ ਦਾ ਖੇਤਰਫਲ ਸਾਡੇ ਕੋਲ ਪਾਈ r l ਆਵੇਗਾ ਤੇ ਜਦੋਂ ਅਸੀਂ ਕੁੱਲ ਸਤਾ ਦਾ ਖੇਤਰਫਲ ਕੱਢਾਂਗੇ ਸਾਸੀ ਪਾਸਵੀ ਸਤ੍ਹਾ ਦੇ ਖੇਤਰਫਲ ਦੇ ਵਿੱਚ ਇੱਕ ਚੱਕਰ ਦਾ ਖੇਤਰਫਲ ਜੋ ਕਿ ਪਾਈ r² ਹੁੰਦਾ ਹੈ ਉਸ ਨੂੰ ਜੋੜ ਦੇਵਾਂਗੇ ਤਾਂ ਸਾਡੇ ਕੋਲ ਇਹ ਫਾਰਮੂਲਾ ਜੋ ਹੈ ਪਾਈ r ਬ੍ਰੈਕਟ ਦੇ ਵਿੱਚ l r ਬ੍ਰੈਕਟ ਬੰਦ ਇਹ ਫਾਰਮੂਲਾ ਸਾਡੀ ਕੁੱਲ ਸਤ੍ਹਾ ਦਾ ਖੇਤਰਫਲ ਸਾਡੇ ਕੋਲ ਹੋਏਗਾ ਤੇ ਇਹ ਉੱਪਰ ਵਾਲਾ ਫਾਰਮੂਲਾ ਸਾਡੇ ਕੋਲ ਪਾਸਵੀ ਸਤ੍ਹਾ ਦਾ ਖੇਤਰਫਲ ਹੋਏਗਾ ਕੋਨ ਦਾ ਅਗਲਾ ਜੋ ਸਾਡੇ ਕੋਲ ਸੋਲਿਡ ਹੈ ਉਹ ਹੈ ਗੋਲਾ ਇਸ ਤਰ੍ਹਾਂ ਦੇ अनेका ਹੀ ਅਸੀਂ ਸੋਲਿਡ ਆਪਣੇ ਆਲੇ-ਦਾਲੇ ਦੇਖਦੇ ਆ ਭਾਵੇਂ ਉਹ ਬੰਟਿਆਂ ਦੇ ਰੂਪ ਦੇ ਵਿੱਚ ਹੋਣ ਤੇ ਬੋਲਜ਼ ਦੇ ਰੂਪ ਦੇ ਵਿੱਚ ਹੋਣ ਛੋਟੀਆਂ ਵੱਡੀਆਂ ਬੋਲਜ਼ ਕਿੰਨੇ ਹੀ ਤਰ੍ਹਾਂ ਦੀ ਅਸੀਂ ਵੇਖਦੇ ਆ ਭਾਵੇਂ ਉਹ ਗਲੋਬ ਹੋਵੇ ਕੋਈ ਵੀ ਬੱਚਾ ਨਹੀਂ ਹੋਏਗਾ ਜਾਂ ਕੋਈ ਵੀ ਵੱਡਾ ਨਹੀਂ ਹੋਏਗਾ ਜੋ ਇਹਨਾਂ ਬੋਲਜ਼ ਦੇ ਨਾਲ ਨਾ ਖੇਡਿਆ ਹੋਵੇ ਜਦੋਂ ਅਸੀਂ ਗੋਲੇ ਦੀ ਸਤਾ ਦਾ ਖੇਤਰਫਲ ਪਤਾ ਕਰਨਾ ਹੋਵੇ ਤਾਂ ਉਸ ਦੇ ਲਈ ਇਹ ਵਿਧੀ ਅਕਸਰ ਬਣਾਈ ਜਾਂਦੀ ਹੈ ਕਿ ਇੱਕ ਧਾਗਾ ਲੈ ਕੇ ਉਸ ਨੂੰ ਇੱਕ ਗੋਲੇ ਦੇ ਦੁਆਲੇ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਬਿਲਕੁਲ ਟਾਈਟਲੀ ਲਪੇਟਿਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਉਸ ਨੂੰ ਖੋਲ ਕੇ ਉਸ ਦੇ ਚਾਰ ਇੱਕੋ ਜਿੰਨੇ ਹਿੱਸੇ ਕਰਕੇ ਇਸ ਤਰ੍ਹਾਂ ਚੱਕਰਾਕਾਰ ਸ਼ੇਪ ਦੇ ਵਿੱਚ ਉਸ ਨੂੰ ਅਸੀਂ ਲਪੇਟਦੇ ਹਾਂ ਤਾਂ ਜਦੋਂ ਅਸੀਂ ਵੇਖਦੇ ਹਾਂ ਕਿ ਇਹਨਾਂ ਚਾਰਾਂ ਦਾ ਹੀ ਜੇਕਰ ਅਸੀਂ ਇਕੱਲੇ ਇਕੱਲੇ ਦਾ ਅਰਧ ਵਿਆਸ ਕੱਢੀਏ ਤਾਂ ਉਹ ਗੋਲੇ ਦੇ ਅਰਧ ਵਿਆਸ ਦੇ ਬਰਾਬਰ ਹੋਏਗਾ। ਭਾਵ ਇਸ ਗੋਲੇ ਦਾ ਜੋ ਸਤਾ ਦਾ ਖੇਤਰਫਲ ਹੈ ਉਹ ਉਹਨਾਂ ਚਾਰ ਚੱਕਰਾਂ ਦੇ ਸਤਾ ਸਤਾ ਦੇ ਖੇਤਰਫਲ ਦੇ ਬਰਾਬਰ ਜਾਂ ਚਾਰ ਚੱਕਰਾਂ ਦੇ ਖੇਤਰਫਲ ਦੇ ਬਰਾਬਰ ਹੋਏਗਾ ਜਿਸ ਦਾ ਜਿਹੜਾ ਅਰਧ ਵਿਆਸ ਹੈ ਉਹ ਇਸ ਗੋਲੇ ਦੇ ਬਰਾਬਰ ਹੋਵੇ। ਭਾਵ ਇਸ ਗੋਲੇ ਦੇ ਸਤਾ ਦਾ ਖੇਤਰਫਲ 4πr^2 ਹੋਵੇਗਾ ਜਦੋਂ ਅਸੀਂ ਗੋਲੇ ਨੂੰ ਬਿਲਕੁਲ ਵਿਚਕਾਰ ਤੋਂ ਕੱਟ ਕੇ ਬਰਾਬਰ-ਬਰਾਬਰ ਦੋ ਹਿੱਸਿਆਂ 'ਚ ਵੰਡਦੇ ਹਾਂ ਤਾਂ ਅਸੀਂ ਇਸ ਨੂੰ ਹੈਮਿਸਫੀਅਰ ਜਾਂ ਅਰਧ ਗੋਲੇ ਦਾ ਨਾਮ ਦਿੰਦੇ ਹਾਂ ਜਦੋਂ ਅਸੀਂ ਬਕਰ ਸਤ੍ਹਾ ਦੇ ਖੇਤਰਫਲ ਦੀ ਗੱਲ ਕਰਨੀ ਹੋਵੇ ਤਾਂ ਅਸੀਂ ਜਿਵੇਂ ਗੋਲੇ ਦੇ ਕੁੱਲ ਸਤ੍ਹਾ ਦਾ ਖੇਤਰਫਲ ਕੱਢਿਆ ਸੀ ਉਹ ਸੀ 4πr^2 ਇਹ ਅਰਧ ਗੋਲਾ ਹੋ ਗਿਆ ਤਾਂ ਭਾਅ ਇਸ ਦਾ ਜੋ ਵਕਰ ਸਤ੍ਹਾ ਦਾ ਖੇਤਰਫਲ ਹੋਏਗਾ ਉਹ 2 ਪਾਈ r ਦੀ 2 ਉਸ ਤੋਂ ਅੱਧਾ ਹੋਏਗਾ ਪਰੰਤੂ ਜਦੋਂ ਅਸੀਂ ਇਸ ਨੂੰ ਕਟਿਆ ਤਾਂ ਤੁਸੀਂ ਦੇਖੋਗੇ ਇਸ ਦੇ ਅੰਦਰਲੇ ਪਾਸੇ ਵੀ ਇੱਕ ਚੱਕਰਾਕਾਰ ਭਾਗ ਹੋਰ ਬਣ ਗਿਆ ਪੂਰਾ ਚੱਕਰ ਇੱਕ ਹੋਰ ਸਾਹਮਣੇ ਆਇਆ ਭਾਵੇਂ ਉਸ ਦਾ ਖੇਤਰਫਲ ਵੀ ਸਾਨੂੰ ਇਸ ਦੇ ਵਿੱਚ ਜੋੜਨਾ ਪਵੇਗਾ ਜਦੋਂ ਅਸੀਂ ਇਸ ਦਾ ਟੋਟਲ ਸਰਫਸ ਏਰੀਆ ਕੱਢਣਾ ਹੋਵੇ ਭਾਵੇਂ ਇਸ ਦੀ ਕੁੱਲ ਸਤ੍ਹਾ ਦਾ ਖੇਤਰਫਲ ਕੱਢਣਾ ਹੋਵੇ ਤਾਂ ਉੱਥੇ ਸਾਡੇ ਕੋਲ ਇਸ 2 ਪਾਈ r ਦੀ 2 ਦੇ ਵਿੱਚ 1 π r ਦੀ 2 ਹੋਰ ਜੁੜ ਜਾਵੇਗਾ ਭਾਅ ਇਸ ਦਾ ਖੇਤਰਫਲ 3 π r ਦੀ 2 ਹੋ ਜਾਵੇਗਾ ਜੋ ਵੀ ਹੁਣ ਤੱਕ ਅਸੀਂ ਡਿਸਕਸ਼ਨ ਕਰ ਚੁੱਕੇ ਹਾਂ ਇਸ ਸ਼ੀਟ ਦੇ ਵਿੱਚ ਤੁਸੀਂ ਉਸ ਸਾਰੇ ਦਾ ਜੋ ਨਿਚੋੜ ਹੈ ਜੋ ਸਮਰੀ ਹੈ ਉਹ ਇੱਥੇ ਵੇਖ پا ਰਹੇ ਹੋ ਇੱਥੇ ਸਾਰੇ ਹੀ ਸੂਤਰ ਇੱਕ ਹੀ ਸ਼ੀਟ ਦੇ ਉੱਪਰ ਨਜ਼ਰ ਆ ਰਹੇ ਹਨ ਕਯੂਬਰਡ ਭਾਵ ਕਣ ਆਬ ਦੀ ਕੁੱਲ ਸਤ੍ਹਾ ਦਾ ਖੇਤਰਫਲ ਕਣ ਦੀ ਕੁੱਲ ਸਤ੍ਹਾ ਦਾ ਖੇਤਰਫਲ ਸਿਲੰਡਰ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਸਿਲੰਡਰ ਦੀ ਕੁੱਲ ਸਤ੍ਹਾ ਦਾ ਖੇਤਰਫਲ ਕੋਨ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਕੋਨ ਦੀ ਕੁੱਲ ਸਤ੍ਹਾ ਦਾ ਖੇਤਰਫਲ ਇਸੇ ਤਰ੍ਹਾਂ ਸਾਡੇ ਕੋਲ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਅਰਧ ਗੋਲੇ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਇਸੇ ਤਰ੍ਹਾਂ ਅਰਧ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਇਹ ਸਾਰੇ ਸੂਤਰ ਅਸੀਂ ਇੱਥੇ ਇੱਕ ਹੀ ਜਗ੍ਹਾ ਦੇ ਉੱਪਰ ਦੇਖ ਪਾ ਰਹੇ ਹਾਂ ਹੁਣ ਅਸੀਂ ਵੇਖੀਏ ਕਿ ਅਸੀਂ ਜੋ ਗੱਲ ਕੀਤੀ ਸੀ ਕੰਬੀਨੇਸ਼ਨ ਆਫ ਸੋਲਿਡਸ ਦੀ ਜਾਂ ਠੋਸਾਂ ਦੇ ਸੰਯੋਜਨਾਾਂ ਦੀ ਉਹ ਅਸੀਂ ਆਮ ਜ਼ਿੰਦਗੀ ਦੇ ਵਿੱਚ ਕਿੱਥੇ ਉਹਨਾਂ ਦੀ ਵਰਤੋਂ ਹੁੰਦੀ ਹੈ ਜਾਂ ਅਸੀਂ ਉਹਨਾਂ ਨੂੰ ਕਿੱਥੇ-ਕਿੱਥੇ ਵੇਖਦੇ ਹਾਂ ਜਿਸ ਤਰ੍ਹਾਂ ਭਵਨ ਨਿਰਮਾਣ ਕਲਾ ਦੇ ਵਿੱਚ ਤੁਸੀਂ ਵਕ-ਵਕ ਫੋਟੋਆਂ ਇਸ ਤਰ੍ਹਾਂ ਦੀਆਂ ਮਤਲਬ ਚੀਜ਼ਾਂ ਆਪਣੀ ਆਮ ਜ਼ਿੰਦਗੀ ਦੇ ਵਿੱਚ ਬਣੀਆਂ ਹੋਈਆਂ ਤੁਸੀਂ ਵੇਖੀਆਂ ਹੋਣਗੀਆਂ ਜਿਨ੍ਹਾਂ ਦੀਆਂ ਫੋਟੋਆਂ ਤੁਸੀਂ ਇੱਥੇ ਸਕਰੀਨ ਤੇ ਵੇਖ پا ਰਹੇ ਹੋ ਇਹਨਾਂ ਦੇ ਵਿੱਚ ਜਿਹੜੇ ਸਾਡੀਆਂ ਬੇਸਿਕ ਜੋ ਸਾਡੇ ਕੋਲ ਸੋਲਿਡਸ ਹਨ ਜਿਨ੍ਹਾਂ ਦੀ ਗੱਲਬਾਤ ਹੁਣੇ ਅਸੀਂ ਕਰਕੇ ਛੱਡੇ ਆ ਉਹਨਾਂ ਸਾਰਿਆਂ ਦਾ ਜੋ ਕੰਬੀਨੇਸ਼ਨ ਹੈ ਜਾਂ ਉਹਨਾਂ ਸਾਰਿਆਂ ਦੇ ਸੰਜੋਗਨ ਹਨ ਵੱਖ-ਵੱਖ ਤਰ੍ਹਾਂ ਦੇ ਉਹ ਤੁਸੀਂ ਇੱਥੇ ਵੇਖ ਸਕਦੇ ਹੋ ਜਾਂ ਇੱਥੇ ਸਾਨੂੰ ਵੇਖਣ ਨੂੰ ਮਿਲ ਜਾਂਦੇ ਹਨ ਕਿਸੇ ਤਰ੍ਹਾਂ ਆਮ ਜ਼ਿੰਦਗੀ ਦੇ ਵਿੱਚ ਅਸੀਂ ਵੇਖਦੇ ਹਾਂ ਪੈਕਿੰਗ ਪੈਕਿੰਗ ਦੇ ਵਿੱਚ ਬਹੁਤ ਹੀ ਵੱਖ-ਵੱਖ ਪ੍ਰਕਾਰ ਦੇ ਸਾਡੇ ਕੋਲ ਠੋਸਾਂ ਦੇ ਸੰਯੋਜਨ ਸਾਨੂੰ ਵੇਖਣ ਨੂੰ ਮਿਲ ਜਾਂਦੇ ਹਨ ਹਰ ਵਸਤੂ ਜੋ ਅਸੀਂ ਬਾਜ਼ਾਰ ਚੋਂ ਖਰੀਦਦੇ ਹਾਂ ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਪੈਕਿੰਗ ਦੇ ਵਿੱਚ ਸਾਨੂੰ ਮਿਲਦੀ ਹੈ ਉਹਨਾਂ ਦੇ ਵਿੱਚ ਠੋਸਾਂ ਦਾ ਸਧਾਰਨ ਰੂਪ ਨਹੀਂ ਹੁੰਦਾ ਅਕਸਰ ਹੀ ਉਹਨਾਂ ਦੇ ਵਿੱਚ ਠੋਸਾਂ ਦਾ ਜਿਹੜਾ ਸੰਯੋਜਨ ਰੂਪ ਹੁੰਦਾ ਹੈ ਜਾਂ ਕੰਬੀਨੇਸ਼ਨ ਹੁੰਦਾ ਹੈ ਉਹੀ ਮਿਲਦਾ ਹੈ ਕਿਤੇ ਨਾ ਕਿਤੇ ਸਾਡੇ ਕੋਲ ਅਸੀਂ ਦੇਖਦੇ ਹਾਂ ਉਹ ਦੋ ਵੱਖ-ਵੱਖ ਪ੍ਰਕਾਰ ਦੇ ਸਿਲੰਡਰ ਜੁੜੇ ਹੁੰਦੇ ਹਨ ਸਿਲੰਡਰ ਦੇ ਨਾਲ ਕੋਨ ਵੀ ਹੋ ਸਕਦਾ ਹੈ ਸਿਲੰਡਰ ਦੇ ਨਾਲ ਅਰਧ ਗੋਲਾ ਵੀ ਹੋ ਸਕਦਾ ਹੈ ਇਸ ਤਰ੍ਹਾਂ ਦੇ ਹੋਰ ਵੀ ਕੰਬੀਨੇਸ਼ਨਸ ਅਸੀਂ ਆਮ ਵੇਖਣ ਨੂੰ ਸਾਨੂੰ ਮਿਲ ਜਾਂਦੇ ਹਨ ਤੇ ਇਹਦੇ ਨਾਲ ਹੀ ਅਸੀਂ ਜੇਕਰ ਬਰਤਨਾਂ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਵੀ ਬਹੁਤ ਤਰ੍ਹਾਂ ਦੀਆਂ ਸ਼ੇਪਸ ਜਿਹੜੀਆਂ ਹੈਗੀਆਂ ਨੇ ਜਾਂ ਬਹੁਤ ਤਰ੍ਹਾਂ ਦੇ ਕੰਬੀਨੇਸ਼ਨ ਜਿਹੜੇ ਹੈਗੇ ਨੇ ਸੋਲਿਡਸ ਦੇ ਉਹ ਸਾਨੂੰ ਵੇਖਣ ਨੂੰ ਮਿਲਦੇ ਹਨ ਖੇਡਾਂ ਦੇ ਵਿੱਚ ਜੇਕਰ ਅਸੀਂ ਗੋਹ ਨਾਲ ਵੇਖੀਏ ਤਾਂ ਜਿਹੜੇ ਵੀ ਇਕੁਪਮੈਂਟ ਸਾਡੇ ਕੋਲ ਵਰਤੇ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਬਹੁਤ ਹੀ ਅਲੱਗ-ਅਲੱਗ ਤਰ੍ਹਾਂ ਦੇ ਕੰਬੀਨੇਸ਼ਨ ਸਾਡੇ ਕੋਲ ਮਿਲ ਜਾਂਦੇ ਹਨ ਜਿਸ ਦਾ ਅਸੀਂ ਆਮ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਇਸਤੇਮਾਲ ਕਰਦੇ ਹਾਂ ਕਿਸੇ ਤਰ੍ਹਾਂ ਇਹ ਜੋ ਤਸਵੀਰ ਤੁਸੀਂ ਵੇਖ ਰਹੇ ਹੋ ਇਸ ਦੇ ਵਿੱਚ ਵੀ ਅਸੀਂ ਜੇਕਰ ਇਸ ਨੂੰ ਗੌਰ ਨਾਲ ਵੇਖੀਏ ਧਿਆਨ ਨਾਲ ਵੇਖੀਏ ਤਾਂ ਸਾਡੇ ਕੋਲ ਇੱਥੇ ਵੀ ਇੱਕ ਜਿਹੜਾ ਠੋਸਾਂ ਦਾ ਸੰਯੋਜਨ ਸਾਨੂੰ ਵਿਖਾਈ ਦਿੰਦਾ ਹੈ ਹੁਣ ਤੁਸੀਂ ਇਸ ਨੂੰ ਧਿਆਨ ਨਾਲ ਵੇਖੋ ਤਾਂ ਸਾਡੇ ਕੋਲ ਇੱਕ ਸਿਲੰਡਰ ਸਾਨੂੰ ਵਿਖਾਈ ਦੇ ਰਿਹਾ ਹੈ ਜਿਸ ਦੇ ਦੋਨਾਂ ਪਾਸਿਆਂ ਦੇ ਵਿੱਚ ਉੱਪਰ ਜੋ ਅਰਧ ਗੋਲੇ ਹਨ ਉਹ ਲੱਗੇ ਹੋਏ ਹਨ ਇਸੇ ਤਰ੍ਹਾਂ ਤੁਸੀਂ ਆਪਣੀ ਸਾਇੰਸ ਲੈਬ ਦੇ ਵਿੱਚ ਇਹ ਸ਼ੇਪ ਜ਼ਰੂਰ ਦੇਖੀ ਹੋਏਗੀ ਸਾਡੇ ਕੋਲ ਟੈਸਟ ਟਿਊਬ ਦੇ ਵਿੱਚ ਜਿਕਰ ਅਸੀਂ ਇਹਨੂੰ ਵੀ ਗੋਹ ਨਾਲ ਵੇਖੀਏ ਤਾਂ ਇਸ ਦੇ ਵਿੱਚ ਵੀ ਸਾਨੂੰ ਸਿਲੰਡਰ ਦੇ ਨੀਚੇ ਇੱਕ ਅਰਧਗੋਲਾ ਲੱਗਿਆ ਹੋਇਆ ਨਜ਼ਰ ਆਉਂਦਾ ਹੈ ਪਰ ਇੱਥੇ ਸਾਡੇ ਕੋਲ ਇੱਕ ਗੱਲ ਬੜੇ ਹੀ ਧਿਆਨ ਨਾਲ ਸਮਝਣ ਵਾਲੀ ਹੈ ਕਿ ਜਦੋਂ ਅਸੀਂ ਠੋਸਾਂ ਨੂੰ ਅਲੱਗ-ਅਲੱਗ ਰੂਪ ਦੇ ਵਿੱਚ ਵੇਖਦੇ ਹਾਂ ਜਿਵੇਂ ਤੁਸੀਂ ਇੱਥੇ ਅਰਧਗੋਲਾ ਸਿਲੰਡਰ ਅਤੇ ਅਰਧਗੋਲਾ ਭਾਵ ਤਿੰਨ ਅਲੱਗ-ਅਲੱਗ ਸੋਲਿਡ ਤਿੰਨ ਅਲੱਗ-ਅਲੱਗ ਠੋਸ ਵੇਖ ਪਾ ਰਹੇ ਹੋ ਜਦੋਂ ਅਸੀਂ ਇਹਨਾਂ ਦਾ ਖੇਤਰਫਲ ਅਲੱਗ-ਅਲੱਗ ਰੂਪ ਵਿੱਚ ਕੱਢਣਾ ਹੋਵੇ ਤਾਂ ਸਾਡੇ ਕੋਲ ਪਹਿਲੇ ਅਰਧ ਗੋਲੇ ਦਾ ਜੋ ਕੁੱਲ ਸਤ੍ਹਾ ਦਾ ਖੇਤਰਫਲ ਅਸੀਂ ਉਹ ਪਤਾ ਕਰਾਂਗੇ ਇਸ ਤੋਂ ਬਾਅਦ ਸਾਡੇ ਕੋਲ ਸਿਲੰਡਰ ਦੇ ਕੁੱਲ ਸਤ੍ਹਾ ਦਾ ਖੇਤਰਫਲ ਦੀ ਬਾਰੀ ਆਵੇਗੀ ਇਸੇ ਤਰ੍ਹਾਂ ਸਾਡੇ ਕੋਲ ਜੋ ਤੀਜਾ ਸਾਡੇ ਕੋਲ ਅਰਧ ਗੋਲਾ ਦਿੱਤਾ ਗਿਆ ਹੈ ਉਸ ਦਾ ਵੀ ਅਸੀਂ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਾਂਗੇ ਪਰ ਜਦੋਂ ਅਸੀਂ ਇਹਨਾਂ ਨੂੰ ਇਕੱਠੇ ਕਰਦੇ ਹਾਂ ਤਾਂ ਹੁਣ ਸਾਡੇ ਕੋਲ ਜੋ ਸ਼ੇਪ ਇੱਥੇ ਸਾਹਮਣੇ ਆਈ ਹੈ ਉਸ ਦੇ ਵਿੱਚ ਸਿਲੰਡਰ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ ਅਰਧ ਗੋਲਿਆਂ ਦੀ ਵੀ ਪਾਸਵੀਂ ਸਤ੍ਹਾ ਦਾ ਖੇਤਰਫਲ ਹੀ ਪਤਾ ਕਰਨਾ ਹੋਵੇਗਾ ਕਿਉਂਕਿ ਸਿਲੰਡਰ ਦੇ ਜੋ ਉੱਪਰਲੇ ਪਾਸੇ ਜਾਂ ਥੱਲੇ ਵਾਲੇ ਪਾਸੇ ਜੋ ਟੱਕਣ ਸੀ ਜਾਂ ਚੱਕਰ ਸੀ ਉਸ ਨੂੰ ਅਰਧ ਗੋਲੇ ਵਾਲੇ ਚੱਕਰ ਨੇ ਬੰਦ ਕਰ ਦਿੱਤਾ ਹੈ ਭਾਵ ਹੁਣ ਸਾਨੂੰ ਅਰਧ ਗੋਲੇ ਦੇ ਇੱਕ ਚੱਕਰ ਦੀ ਜੋ ਸਤ੍ਹਾ ਦਾ ਖੇਤਰਫਲ ਹੈ ਉਹ ਵੀ ਨਹੀਂ ਪਤਾ ਕਰਨਾ ਪਵੇਗਾ ਤੇ ਸਿਲੰਡਰ ਦੇ ਵੀ ਪਾਸਵੀ ਸਤ੍ਹਾ ਦਾ ਖੇਤਰਫਲ ਹੀ ਪਤਾ ਕਰਨਾ ਪਵੇਗਾ ਭਾਵ ਇੱਥੇ ਸਾਨੂੰ ਤਿੰਨ ਸ਼ੇਪਸ ਜੋ ਸਾਡੇ ਕੋਲ ਦੋ ਅਰਧ ਗੋਲੇ ਅਤੇ ਇੱਕ ਸਿਲੰਡਰ ਬਣਦਾ ਹੈ ਤਿੰਨਾਂ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਹੀ ਇਸ ਆਕ੍ਰਿਤੀ ਜਾਂ ਇਸ ਸੰਜੋਗਨ ਦੀ ਕੁੱਲ ਸਤ੍ਹਾ ਦਾ ਖੇਤਰਫਲ ਹੋਵੇਗਾ ਇਸ ਤਰ੍ਹਾਂ ਇਹ ਆਕ੍ਰਿਤੀ ਸਾਡੇ ਸਾਹਮਣੇ ਆਉਂਦੀ ਹੈ ਹੁਣ ਇਸ ਤਰ੍ਹਾਂ ਦੀਆਂ ਵੱਖ-ਵੱਖ ਸ਼ੇਪਸ ਸਾਡੇ ਕੋਲ ਜੋ ਦਿੱਤੀਆਂ ਗਈਆਂ ਹਨ ਜੋ ਸਾਡੇ ਕਿਤਾਬ ਦੇ ਵਿੱਚ ਮੌਜੂਦ ਹਨ ਉਹਨਾਂ ਦੇ ਬਾਰੇ ਆਪਾਂ ਥੋੜੀ-ਥੋੜੀ ਗੱਲਬਾਤ ਕਰਦੇ ਹਾਂ ਜਦੋਂ ਅਸੀਂ ਸਿਲੰਡਰ ਅਤੇ ਅਰਧ ਗੋਲਿਆਂ ਦੀ ਗੱਲ ਕਰਦੇ ਹਾਂ ਤਾਂ ਜ਼ਰੂਰੀ ਨਹੀਂ ਕਿ ਜਿਸ ਤਰ੍ਹਾਂ ਦੀ ਸ਼ੇਪ ਅਸੀਂ ਪਹਿਲਾਂ ਦੇਖੀ ਹੈ ਜਾਂ ਸੰਯੋਜਨ ਅਸੀਂ ਪਹਿਲਾਂ ਦੇਖਿਆ ਹੈ ਉਸੇ ਤਰ੍ਹਾਂ ਸੰਯੋਜਨ ਸਾਨੂੰ ਹਰ ਵਾਰ ਨਜ਼ਰ ਆਵੇ ਇਸ ਤਰ੍ਹਾਂ ਇੱਕ ਵਕਰੇ ਢੰਗ ਦਾ ਸੰਯੋਜਨ ਵੀ ਹੋ ਸਕਦਾ ਹੈ ਇਸ ਤਰ੍ਹਾਂ ਦਾ ਕੰਬੀਨੇਸ਼ਨ ਵੀ ਹੋ ਸਕਦਾ ਹੈ ਜਿਸ ਦੇ ਵਿੱਚ ਅਰਧ ਗੋਲੇ ਅੰਦਰਲੇ ਪਾਸੇ ਨੂੰ ਫਿੱਟ ਕੀਤੇ ਗਏ ਹਨ ਇਸ ਤਰ੍ਹਾਂ ਦਾ ਸੰਯੋਜਨ ਵੀ ਸਾਡੇ ਸਾਹਮਣੇ ਹੋ ਸਕਦਾ ਹੈ ਜਿਸ ਦੇ ਵਿੱਚ ਸਿਲੰਡਰ ਦੇ ਨਾਲ ਸਿਰਫ ਇੱਕ ਅਰਧ ਗੋਲਾ ਜੋ ਹੈ ਉਹ ਲਗਾਇਆ ਗਿਆ ਹੈ ਇਹ ਪਾਣੀ ਵਾਲੀ ਟੈਂਕੀ ਵੀ ਹੋ ਸਕਦੀ ਹੈ ਇਸ ਤਰ੍ਹਾਂ ਦਾ ਸੰਦੂਕ ਤੁਸੀਂ ਵੇਖ ਸਕਦੇ ਹੋ ਕਿ ਆਮ ਪਿੰਡਾਂ ਦੇ ਵਿੱਚ ਆਮ ਘਰਾਂ ਦੇ ਵਿੱਚ ਵੇਖਣ ਨੂੰ ਮਿਲ ਜਾਂਦਾ ਹੈ ਜਦੋਂ ਅਸੀਂ ਇਸ ਨੂੰ ਧਿਆਨ ਨਾਲ ਵੇਖਦੇ ਹਾਂ ਇਹ ਕੰਬੀਨੇਸ਼ਨ ਸਾਡੇ ਕੋਲ ਕੀ ਆ ਗਿਆ ਇੱਕ ਸਾਡੇ ਕੋਲ ਕਣ ਆਵ ਦਾ ਆਕਾਰ ਸਾਡੇ ਸਾਹਮਣੇ ਆਉਂਦਾ ਹੈ ਨੀਚੇ ਤੇ ਉੱਪਰਲੇ ਪਾਸੇ ਸਾਡੇ ਕੋਲ ਅਰਧ ਸਿਲੰਡਰ ਜਿਹੜਾ ਹੈਗਾ ਉਹ ਇਹਦੇ ਉੱਪਰ ਜੜਿਆ ਗਿਆ ਹੈ ਇਸ ਤਰ੍ਹਾਂ ਅਸੀਂ ਕਣ ਆਵ ਦੀ ਜੋ ਸਤ੍ਹਾ ਦਾ ਖੇਤਰਫਲ ਅਤੇ ਉਸ ਦੇ ਨਾਲ ਹੀ ਅਰਧ ਸਿਲੰਡਰ ਦੀ ਸਤ੍ਹਾ ਦਾ ਖੇਤਰਫਲ ਪਤਾ ਕਰਾਂਗੇ ਇਸ ਤਰ੍ਹਾਂ ਦਾ ਕੰਬੀਨੇਸ਼ਨ ਵੀ ਸਾਡੇ ਸਾਮਣੇ ਹੋ ਸਕਦਾ ਹੈ ਜਿਸ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਇੱਕ ਖਡਾਉਣਾ ਜੋ ਹੈ ਉਹ ਅਰਧ ਗੋਲੇ ਦੇ ਉੱਪਰ ਸ਼ੰਕੂ ਰੱਖ ਕੇ ਬਣਾਇਆ ਗਿਆ ਹੈ ਇਸ ਤਰ੍ਹਾਂ ਅਸੀਂ ਅਰਧ ਗੋਲੇ ਦੀ ਪਾਸਵੀ ਸਤਹ ਦਾ ਖੇਤਰਫਲ ਅਤੇ ਸਾਡੇ ਕੋਲ ਉੱਪਰਲੇ ਪਾਸੇ ਸ਼ੰਕੂ ਦੀ ਪਾਸਵੀ ਸਤਹ ਦਾ ਖੇਤਰਫਲ ਉਹਨਾਂ ਦਾ ਜੋੜ ਇਸ ਖਡਾਉਣੇ ਦੀ ਕੁੱਲ ਸਤਹ ਦਾ ਖੇਤਰਫਲ ਹੋਵੇਗਾ ਇਸ ਤਰ੍ਹਾਂ ਦਾ ਲਾਟੂ ਵੀ ਸਾਡੇ ਕੋਲ ਹੋ ਸਕਦਾ ਹੈ ਜਿਸ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਨਹੀਂ ਅਸੀਂ ਸ਼ੰਕੂ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਉਹਦੇ ਵਿੱਚ ਅਸੀਂ ਅਰਧ ਗੋਲੇ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਜੋੜ ਕੇ ਇਸ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰ ਸਕਦੇ ਹਾਂ ਇਸ ਤਰ੍ਹਾਂ ਦਾ ਕੰਬੀਨੇਸ਼ਨ ਵੀ ਸਾਡੇ ਕੋਲ ਹੋ ਸਕਦਾ ਹੈ ਜਿਸ ਦੇ ਵਿੱਚ ਇੱਕ ਘਾਣ ਦੇ ਉੱਪਰ ਇੱਕ ਅਰਧ ਗੋਲਾ ਲਗਾ ਕੇ ਇਸ ਨੂੰ ਬਣਾਇਆ ਗਿਆ ਹੈ ਪਰ ਇੱਥੇ ਵੇਖਣ ਵਾਲੀ ਗੱਲ ਇਹ ਹੈ ਕਿ ਜੋ ਘਣ ਦੀ ਸਾਈਡ ਹੈ ਉਹ 5 ਸੈਂਟੀਮੀਟਰ ਹੈ ਪਰੰਤੂ ਇਸ ਦੇ ਵਿੱਚ ਇਸ ਦਾ ਜੋ ਵਿਆਸ ਹੈ ਅਰਧ ਗੋਲੇ ਦਾ ਉਹ 4.2 ਸੈਂਟੀਮੀਟਰ ਹੈ ਭਾਵ ਇੱਥੇ ਸਾਡੇ ਕੋਲ ਉੱਪਰਲੇ ਪਾਸੇ ਇੱਕ ਜੋ ਸਾਈਡ ਤੇ ਜਗ੍ਹਾ ਥੋੜੀ ਬਹੁਤ ਉਹ ਬਚੇਗੀ ਜਿਸ ਨੂੰ ਅਸੀਂ ਜੇਕਰ ਉੱਪਰਲੇ ਪਾਸਿਓਂ ਕੰਬੀਨੇਸ਼ਨ ਦੇ ਰੂਪ ਚ ਦੇਖੀਏ ਤਾਂ ਉਹ ਇਸ ਤਰ੍ਹਾਂ ਦਾ ਨਜ਼ਰ ਆਵੇਗਾ ਭਾਵ ਇਸ ਦੇ ਆਲੇ ਦੁਆਲੇ ਦਾ ਖੇਤਰਫਲ ਵੀ ਸਾਨੂੰ ਉਹਦੇ ਵਿੱਚ ਐਡ ਔਨ ਕਰਨਾ ਪਵੇਗਾ ਜਿਹੜਾ ਇਹ ਖੇਤਰਫਲ ਸਾਡੇ ਕੋਲ ਉੱਪਰਲੇ ਪਾਸੇ ਬਚ ਗਿਆ ਹੈ ਕਿਉਂਕਿ ਇਸ ਨੂੰ ਪੂਰੀ ਤਰ੍ਹਾਂ ਉਸਨੇ ਅਰਧ ਗੋਲੇ ਨੇ ਨਹੀਂ ਢੱਕਿਆ ਹੈ ਇਸ ਤਰ੍ਹਾਂ ਦੀ ਸ਼ੇਪ ਵੀ ਹੋ ਸਕਦੀ ਹੈ ਜਿਸ ਦੇ ਵਿੱਚ ਇੱਕ ਸਿਲੰਡਰ ਦੇ ਉੱਪਰ ਸ਼ੰਕੂਰਾ ਕੇਸ ਨੂੰ ਬਣਾਇਆ ਗਿਆ ਹੈ ਇਸ ਨੂੰ ਵੀ ਜੇਕਰ ਅਸੀਂ ਧਿਆਨ ਨਾਲ ਵੇਖੀਏ ਤਾਂ ਇਸ ਜਗ੍ਹਾ ਦੇ ਉੱਪਰ ਸਿਲੰਡਰ ਅਤੇ ਸ਼ੰਕੂ ਇਹਨਾਂ ਦੋਹਾਂ ਦਾ ਜੋ ਅਸੀਂ ਜਿੱਥੇ ਜੋਇੰਟ ਬੰਦਾ ਹੈ ਜਿੱਥੇ ਜੋੜ ਲੱਗਦਾ ਹੈ ਉੱਥੇ ਇਸ ਨੂੰ ਧਿਆਨ ਨਾਲ ਵੇਖੀਏ ਤਾਂ ਜਿਹੜਾ ਸਾਡੇ ਕੋਲ ਸਿਲੰਡਰ ਦਾ ਜੋ ਸਾਡੇ ਕੋਲ ਵਿਆਸ ਹੈ ਉਹ 3 ਸੈਂਟੀਮੀਟਰ ਸਾਨੂੰ ਦੱਸਿਆ ਗਿਆ ਹੈ ਜਦੋਂ ਕਿ ਸ਼ੰਕੂ ਦੇ ਆਧਾਰ ਦਾ ਜੋ ਵਿਆਸ ਹੈ ਉਹ ਸਾਡੇ ਕੋਲ 5 ਸੈਂਟੀਮੀਟਰ ਹੈ ਭਾਵੇਂ ਇੱਥੇ ਵੀ ਸਾਡੇ ਕੋਲ ਖੇਤਰਫਲ ਪਤਾ ਕਰਨ ਲਈ ਇੱਕ ਛੋਟਾ ਰਿੰਗ ਬਚੇਗਾ ਜਿਸ ਨਾਲ ਖੇਤਰਫਲ ਸਾਨੂੰ ਇਹਦੇ ਵਿੱਚ ਐਡ ਔਨ करना होगा प्रकार साडे कोण घनाव सिलंडर शंकु, अर्ध गोला गोला यारियाँ बेसिक शेप्स या बेसिक सॉलिड्स साढ़े मौजूद हैं ਹੁਣ ਅਸੀਂ ਇਹਨਾਂ ਦੇ ਵੱਖ-ਵੱਖ ਕੰਬੀਨੇਸ਼ਨਸ ਦੇ ਬਾਰੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਵੱਖ-ਵੱਖ ਕੰਬੀਨੇਸ਼ਨਸ ਦੇ ਵਿੱਚ ਇਹਨਾਂ ਦਾ ਜੋ ਸਤ੍ਹਾ ਦਾ ਖੇਤਰਫਲ ਹੈ ਉਹ ਪਤਾ ਕਰਨਾ ਹੈ ਕਿਸ ਤਰ੍ਹਾਂ ਦੇ ਵੱਖ-ਵੱਖ ਕੰਬੀਨੇਸ਼ਨ ਸਾਡੇ ਕੋਲ ਹੋ ਸਕਦੇ ਹਨ ਸਭ ਤੋਂ ਪਹਿਲਾਂ ਅਸੀਂ ਸਿਲੰਡਰ ਦੇ ਨਾਲ ਵੱਖ-ਵੱਖ ਕੰਬੀਨੇਸ਼ਨ ਬਣਾ ਕੇ ਦੇਖਦੇ ਹਾਂ ਸਿਲੰਡਰ ਦੇ ਨਾਲ ਸਾਡੇ ਕੋਲ ਸਭ ਤੋਂ ਪਹਿਲਾ ਜੋ ਕੰਬੀਨੇਸ਼ਨ ਹੋ ਸਕਦਾ ਹੈ ਉਹ ਇਸ ਤਰ੍ਹਾਂ ਸਿਲੰਡਰ ਦੇ ਨਾਲ ਅਸੀਂ ਜਦੋਂ ਅਰਧ ਗੋਲੇ ਨੂੰ ਜੋੜ ਦਈਏ ਤਾਂ ਇਸ ਤਰ੍ਹਾਂ ਦਾ ਜੋ ਕੰਬੀਨੇਸ਼ਨ ਸਾਡੇ ਕੋਲ ਬਣ ਸਕਦਾ ਹੈ ਇਸ ਦੇ ਵਿੱਚ ਇਹ ਪਾਸਾ ਇਸ ਦਾ ਜੋ ਸਿਲੰਡਰ ਦਾ ਸੋਲਿਡ ਹੋ ਵੀ ਸਕਦਾ ਹੈ ਨਹੀਂ ਵੀ ਹੋ ਸਕਦਾ ਇਹ ਅੰਦਰੋਂ ਖੋਖਲਾ ਵੀ ਹੋ ਸਕਦਾ ਹੈ ਭਾਵੇਂ ਉੱਪਰ ਵਾਲਾ ਚੱਕਰ ਇਸ ਦੇ ਵਿੱਚ ਸ਼ਾਮਲ ਵੀ ਹੋ ਸਕਦਾ ਹੈ ਤੇ ਨਹੀਂ ਵੀ ਹੋ ਸਕਦਾ ਹੈ ਤੇ ਇਸ ਤਰ੍ਹਾਂ ਸਾਡੇ ਕੋਲ ਸਿਲੰਡਰ ਦੀ ਪਾਸਵੀ ਸਤਹ ਦਾ ਖੇਤਰਫਲ ਉੱਪਰ ਵਾਲੇ ਚੱਕਰ ਦਾ ਖੇਤਰਫਲ ਅਤੇ ਸਾਡੇ ਜੋ ਅਰਧ ਗੋਲਾ ਹੈ ਇਸ ਦਾ ਬਾਹਰੀ ਸਤ੍ਹਾ ਦਾ ਖੇਤਰਫਲ ਇਹਨਾਂ ਦਾ ਤਿੰਨਾਂ ਦਾ ਜੋੜ ਜਦੋਂ ਅਸੀਂ ਕਰਾਂਗੇ ਤਾਂ ਉਹ ਇਸ ਸੋਲਿਡ ਦੇ ਬਾਹਰੀ ਸਤ੍ਹਾ ਦਾ ਖੇਤਰਫਲ ਹੋਵੇਗਾ ਇਸੇ ਤਰ੍ਹਾਂ ਜੇਕਰ ਇਸ ਸੋਲਿਡ ਦੀ ਗੱਲ ਕਰੀਏ ਕੰਬੀਨੇਸ਼ਨ ਦੀ ਗੱਲ ਕਰੀਏ ਜਾਂ ਸੰਯੋਜਨ ਦੀ ਗੱਲ ਕਰੀਏ ਇੱਥੇ ਵੀ ਸਾਡੇ ਕੋਲ ਸਿਲੰਡਰ ਦੇ ਨਾਲ ਦੋ ਅਰਧ ਗੋਲੇ ਜੋ ਹਨ ਉਹ ਲਗਾਏ ਗਏ ਹਨ ਇਸ ਦੇ ਵਿੱਚ ਇੱਕ ਅਰਧ ਗੋਲਾ ਉੱਪਰ ਵਾਲੇ ਪਾਸੇ ਨੂੰ ਲੱਗਿਆ ਹੋਇਆ ਹੈ ਦੂਸਰਾ ਅਰਧ ਗੋਲਾ ਸਾਡੇ ਕੋਲ ਨੀਚੇ ਵਾਲੇ ਪਾਸੇ ਨੂੰ ਲੱਗਿਆ ਹੋਇਆ ਹੈ ਇੱਥੇ ਸਾਡੇ ਕੋਲ ਇਸ ਦਾ ਜਦੋਂ ਅਸੀਂ ਖੇਤਰਫਲ ਪਤਾ ਕਰਾਂਗੇ ਤਾਂ ਇਸ ਸਿਲੰਡਰ ਦਾ ਬਾਹਰੀ ਸਤ੍ਹਾ ਦਾ ਖੇਤਰਫਲ ਇਸ ਅਰਧ ਗੋਲੇ ਦਾ ਬਾਹਰੀ ਸਤ੍ਹਾ ਦਾ ਖੇਤਰਫਲ ਇਸ ਅਰਧ ਗੋਲੇ ਦਾ ਵੀ ਬਾਹਰੀ ਸਤ੍ਹਾ ਦਾ ਖੇਤਰਫਲ ਤਿੰਨਾਂ ਦਾ ਜੋ ਜੋੜ ਹੋਏਗਾ ਉਹ ਸਾਡੇ ਕੋਲ ਇਸ ਸੰਜੋਜਨ ਦਾ ਜੋ ਸਤ੍ਹਾ ਦਾ ਖੇਤਰਫਲ ਹੋਵੇਗਾ ਅਸੀਂ ਇਹਨੂੰ ਇੱਥੇ ਰੱਖਦੇ ਹਾਂ ਤੇ ਅਗਲਾ ਸਾਡੇ ਕੋਲ ਇਹ ਆਪਸ਼ਨ ਹੋ ਸਕਦਾ ਹੈ ਜਿਸ ਦੇ ਵਿੱਚ ਸਿਲੰਡਰ ਦੇ ਨਾਲ ਦੋ ਅਰਧ ਗੋਲੇ ਦੋਵੇਂ ਹੀ ਬਾਹਰ ਵਾਲੇ ਪਾਸੇ ਨੂੰ ਲਗਾਏ ਹਨ ਇਸ ਦੇ ਵਿੱਚ ਵੀ ਇਸ ਦਾ ਜੋ ਸਤ੍ਹਾ ਦਾ ਖੇਤਰਫਲ ਹੋਵੇਗਾ ਉਹ ਇਸ ਸਿਲੰਡਰ ਦੀ ਸਤ੍ਹਾ ਦਾ ਖੇਤਰਫਲ ਪਲੱਸ ਭਾਅ ਇਹਦੀ ਪਾਸਵੀਂ ਸਤ੍ਹਾ ਦਾ ਖੇਤਰਫਲ ਉਸ ਦੇ ਵਿੱਚ ਜੋੜਨਾ ਕੀ ਹੈ ਅਸੀਂ ਇਸ ਅਰਧ ਗੋਲੇ ਦੀ ਸਤ੍ਹਾ ਦਾ ਖੇਤਰਫਲ ਪਾਸਵੀਂ ਸਤ੍ਹਾ ਦਾ ਖੇਤਰਫਲ ਇਸ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ ਭਾਅ ਇਹ ਤਿੰਨਾਂ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ ਜਦੋਂ ਅਸੀਂ ਜੋੜ ਦੇਵਾਂਗੇ ਤਾਂ ਇਸ ਜੋ ਕੰਬੀਨੇਸ਼ਨ ਹੈ ਇਸ ਦਾ ਸਾਡੇ ਕੋਲ ਸਤ੍ਹਾ ਦਾ ਖੇਤਰਫਲ ਪ੍ਰਾਪਤ ਹੋ ਜਾਵੇਗਾ ਇਸੇ ਤਰ੍ਹਾਂ ਇਸ ਤਰ੍ਹਾਂ ਦਾ ਇੱਕ ਕੰਬੀਨੇਸ਼ਨ ਹੋ ਸਕਦਾ ਸਾਡੇ ਕੋਲ ਜਿਸ ਦੇ ਵਿੱਚ ਦੋਵੇਂ ਅਰਧ ਗੋਲੇ ਅੰਦਰ ਵਾਲੇ ਪਾਸੇ ਨੂੰ ਸਿਲੰਡਰ ਦੇ ਵਿਚਲੇ ਪਾਸੇ ਨੂੰ ਲਗਾਏ ਗਏ ਨੇ ਇਸ ਦੇ ਵਿੱਚ ਵੀ ਜਦੋਂ ਅਸੀਂ ਖੇਤਰਫਲ ਪਤਾ ਕਰਾਂਗੇ ਤਾਂ ਸਿਲੰਡਰ ਦੀ ਪਾਸੇ ਦੀ ਸਤਹ ਦਾ ਖੇਤਰਫਲ ਉਸ ਦੇ ਵਿੱਚ ਇਧਰਲੇ ਪਾਸੇ ਜੋ ਹੈਗਾ ਅਰਧ ਗੋਲਾ ਏਜ ਦੀ ਪਾਸੇ ਦੀ ਸਤਹ ਦਾ ਖੇਤਰਫਲ ਤੇ ਇਸ ਅਰਧ ਗੋਲੇ ਦੀ ਪਾਸੇ ਦੀ ਸਤਹ ਦਾ ਖੇਤਰਫਲ ਇਹਨਾਂ ਤਿੰਨਾਂ ਨੂੰ ਅਸੀਂ ਜੋੜ ਦਵਾਂਗੇ ਤੇ ਇੱਥੇ ਖਾਸ ਗੱਲ ਜੋ ਤੁਹਾਡਾ ਨਾਮ ਸਾਂਝੀ ਕਰਨੀ ਚਾਹੁੰਦਾ ਹਾਂ ਜਦੋਂ ਇਹਨਾਂ ਤਿੰਨਾਂ ਸਿਲੰਡਰ ਦਾ ਆਕਾਰ ਅਤੇ ਇਹਨਾਂ ਅਰਧਗੋਲਿਆਂ ਦਾ ਆਕਾਰ ਬਰਾਬਰ ਹੋਵੇ ਉਸ ਹਾਲਤ ਦੇ ਵਿੱਚ ਇਹਨਾਂ ਤਿੰਨੇ ਕੰਬੀਨੇਸ਼ਨਸ ਦੇ ਵਿੱਚ ਸਤ੍ਹਾ ਦਾ ਖੇਤਰਫਲ ਬਰਾਬਰ ਹੋਵੇਗਾ ਭਾਵ ਜਿੰਨਾ ਇਸ ਦੀ ਸਤ੍ਹਾ ਦਾ ਖੇਤਰਫਲ ਹੋਵੇਗਾ ਉਨਾ ਹੀ ਇਸ ਦਾ ਹੋਵੇਗਾ ਤੇ ਉਨਾ ਹੀ ਇਸ ਦਾ ਹੋਵੇਗਾ ਸ਼ਰਤ ਇਹ ਹੈ ਕਿ ਇਹਨਾਂ ਦਾ ਆਕਾਰ ਸਿਲੰਡਰ ਅਤੇ ਅਰਧਗੋਲਿਆਂ ਦਾ ਆਪਸ ਦੇ ਵਿੱਚ ਬਰਾਬਰ ਹੋਵੇ ਹੁਣ ਅਸੀਂ ਸਿਲੰਡਰ ਅਤੇ ਸ਼ੰਕੂ ਦੇ ਨਾਲ ਵੀ ਕੰਬੀਨੇਸ਼ਨ ਬਣਾ ਸਕਦੇ ਹਾਂ ਇਹ ਵੀ ਇੱਕ ਕੰਬੀਨੇਸ਼ਨ ਹੈ ਸਾਡੇ ਕੋਲ ਸਿਲੰਡਰ ਅਤੇ ਸ਼ੰਕੂ ਨੂੰ ਅਸੀਂ ਜਦੋਂ ਜੋੜਿਆ ਤਾਂ ਇੱਥੇ ਸਾਡੇ ਕੋਲ ਇਸ ਦਾ ਜੇ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੈ ਤਾਂ ਸ਼ੰਕੂ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਤੇ ਸਿਲੰਡਰ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਅਤੇ ਇਸ ਚੱਕਰ ਦੀ ਸਤ੍ਹਾ ਦਾ ਖੇਤਰਫਲ ਇਹ ਤਿੰਨਾਂ ਨੂੰ ਜੋੜਨ ਤੇ ਹੀ ਇਸ ਕੰਬੀਨੇਸ਼ਨ ਦਾ ਇਸ ਸੋਲਿਡ ਦਾ ਜੋ ਅਸੀਂ ਖੇਤਰਫਲ ਹੈ ਸਤ੍ਹਾ ਦਾ ਪ੍ਰਾਪਤ ਕਰ ਸਕਦੇ ਹਾਂ ਹਰ ਵਾਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੋ ਦੋ ਅਸੀਂ ਸੋਲਿਡ ਜੋੜ ਰਹੇ ਹਾਂ ਉਹਨਾਂ ਦੇ ਆਧਾਰ ਹਮੇਸ਼ਾ ਬਰਾਬਰ ਹੀ ਹੋਣ ਜਿਸ ਤਰ੍ਹਾਂ ਇੱਥੇ ਅਸੀਂ ਇੱਕ ਅ ਸਿਲੰਡਰ ਲਿਆ ਹੈ ਤੇ ਅਸੀਂ ਇੱਕ ਅ ਸ਼ੰਕੂ ਲਿਆ ਹੈ ਜਦੋਂ ਅਸੀਂ ਇਹਨਾਂ ਦੋਵਾਂ ਨੂੰ ਜੋੜਦੇ ਹਾਂ ਤਾਂ ਤੁਸੀਂ ਦੇਖੋਗੇ ਕਿ ਇਹਨਾਂ ਦੋਵਾਂ ਦੇ ਆਧਾਰ ਜੋ ਹਨ ਉਹ ਬਰਾਬਰ ਨਹੀਂ ਨੇ ਤੇ ਇੱਥੇ ਸਾਡੇ ਕੋਲ ਇਨਾਂ ਨੂੰ ਜਦੋਂ ਅਸੀਂ ਇਸ ਦੀ ਸਤ੍ਹਾ ਦਾ ਖੇਤਰਫਲ ਪਤਾ ਕਰਾਂਗੇ ਤਾਂ ਜੋ ਤੁਹਾਨੂੰ ਨੀਲੇ ਰੰਗ ਦਾ ਇੱਥੇ ਰਿੰਗ ਨਜ਼ਰ ਆ ਰਿਹਾ ਹੈ ਇਸ ਦਾ ਵੀ ਸਾਨੂੰ ਸਤ੍ਹਾ ਦਾ ਖੇਤਰਫਲ ਇਹਦੇ ਵਿੱਚ ਜੋੜਨਾ ਹੋਵੇਗਾ ਭਾਗ ਸਾਡੇ ਕੋਲ ਸ਼ੰਕੂ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਇਸ ਸਿਲੰਡਰ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਇਹ ਜੋ نیچے ਚੱਕਰ ਦਿੱਤਾ ਗਿਆ ਹੈ ਇਸ ਦਾ ਖੇਤਰਫਲ ਪਲੱਸ ਇਸ ਜੋ ਰਿੰਗ ਦਾ ਖੇਤਰਫਲ ਜੋ ਬਲੂ ਕਲਰ ਦਾ ਤੁਹਾਨੂੰ ਦਿਖ ਰਿਹਾ ਹੈ ਜੋ ਇਹਨਾਂ ਦੋਹਾਂ ਦੇ ਆਧਾਰਾਂ ਦਾ ਡਿਫਰੈਂਸ ਇੱਥੇ ਸਾਨੂੰ ਨਜ਼ਰ ਆ ਰਿਹਾ ਹੈ ਇਹਨਾਂ ਦਾ ਜੋੜ ਅਸੀਂ ਜਦੋਂ ਕਰਾਂਗੇ ਤਾਂ ਇਸ ਆਕ੍ਰਿਤੀ ਦਾ ਸਾਡੇ ਕੋਲ ਸਤ੍ਹਾ ਦਾ ਖੇਤਰਫਲ ਪ੍ਰਾਪਤ ਹੋ ਜਾਵੇਗਾ ਅੱਗੇ ਅਸੀਂ ਸ਼ੰਕੂ ਦੇ ਨਾਲ ਅਰਧਗੋਲੇ ਦੀ ਗੱਲ ਕਰਦੇ ਹਾਂ ਇੱਥੇ ਸਾਡੇ ਕੋਲ ਸ਼ੰਕੂ ਤੇ ਅਰਧਗੋਲੇ ਦਾ ਕੰਬੀਨੇਸ਼ਨ ਸਾਨੂੰ ਮਿਲਿਆ ਹੈ ਸ਼ੰਕੂ ਦੇ ਨਾਲ ਜਦੋਂ ਅਰਧਗੋਲਾ ਜੋੜ ਕੇ ਅਸੀਂ ਚਾਹੇ ਇਸ ਤਰ੍ਹਾਂ ਲੱਟੂ ਬਣਾ ਲਈਏ ਇਸ ਤਰ੍ਹਾਂ ਦਾ ਭਾਵੇਂ ਉਹ ਸਾਡੇ ਕੋਲ ਇਸ ਤਰ੍ਹਾਂ ਦਾ ਇਸ ਆਕਾਰ ਦਾ ਕੋਈ ਕਢਾਉਣਾ ਹੋਵੇ ਤਾਂ ਇਸ ਦੀ ਸਤ੍ਹਾ ਦਾ ਖੇਤਰਫਲ ਪਤਾ ਕਰਨ ਲਈ ਸਾਨੂੰ ਸ਼ੰਕੂ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਅਤੇ ਅਰਧ ਗੋਲੇ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੋਵੇਗਾ ਉਹਨਾਂ ਦੋਹਾਂ ਨੂੰ ਅਸੀਂ ਜੋੜ ਕੇ ਇਸ ਸੰਜੋਜਨ ਦਾ ਇਸ ਜੋ ਜੋ ਸਾਡੇ ਕੋਲ ਕੰਬੀਨੇਸ਼ਨ ਬਣਿਆ ਹੈ ਇਸ ਦਾ ਖੇਤਰਫਲ ਪਤਾ ਕਰ ਸਕਦੇ ਹਾਂ ਇਸ ਤਰ੍ਹਾਂ ਅੱਗੇ ਅਸੀਂ ਸਾਡੇ ਕੋਲ ਜੋ ਕਣ ਹੈ ਕਣ ਦੇ ਨਾਲ ਜਦੋਂ ਅਸੀਂ ਅਰਧ ਗੋਲੇ ਨੂੰ ਫਿੱਟ ਕਰਦੇ ਹਾਂ ਤਾਂ ਇਸ ਤਰ੍ਹਾਂ ਦਾ ਸਾਡੇ ਕੋਲ ਇੱਕ ਕੰਬੀਨੇਸ਼ਨ ਸਾਹਮਣੇ ਆਉਂਦਾ ਹੈ ਤਾਂ ਜਦੋਂ ਅਸੀਂ ਇਸ ਦੀ ਸਤਹ ਦਾ ਖੇਤਰਫਲ ਪਤਾ ਕਰਨਾ ਹੈ ਤਾਂ ਸਾਡੇ ਕੋਲ ਇੱਥੇ ਅਸੀਂ ਦੇਖਾਂਗੇ ਕਿ ਸਾਡੇ ਕੋਲ ਘਣ ਦੇ ਜੋ 5 ਫੇਸੇਸ ਹੈਗੇ ਨੇ 1 2 3 4 ਤੇ 5 ਇਹ ਪੂਰੇ ਪੂਰੇ ਨਜ਼ਰ ਆ ਰਹੇ ਹਨ ਇਹਨਾਂ ਦਾ ਸਾਡੇ ਕੋਲ ਪੂਰਾ ਪੂਰਾ ਖੇਤਰਫਲ ਅਸੀਂ ਪਤਾ ਕਰਾਂਗੇ ਇਸ ਦੇ ਨਾਲ ਹੀ ਅਸੀਂ ਇਸ ਦੇ ਵਿੱਚ ਆ ਟੌਪ ਨੂੰ ਜੇ ਅਸੀਂ ਵੇਖੀਏ ਤਾਂ ਇਸ ਅਰਧ ਗੋਲੇ ਦੀ ਪਾਸਵੀ ਸਤਹ ਦਾ ਖੇਤਰਫਲ ਤੇ ਇਹਦੇ ਨਾਲ ਹੀ ਸਾਡੇ ਕੋਲ ਜੋ ਇੱਥੇ ਆ ਪਾਰਟ ਬਚ ਗਿਆ ਹੈ ਇਸ ਦਾ ਖੇਤਰਫਲ ਵੀ ਸਾਨੂੰ ਪਤਾ ਕਰਨਾ ਹੋਵੇਗਾ ਉਹ ਅਸੀਂ ਕਿਸ ਤਰ੍ਹਾਂ ਪਤਾ ਕਰ ਸਕਦੇ ਹਾਂ ਅਸੀਂ ਇਸ ਪੂਰੇ ਫੇਸ ਦੇ ਖੇਤਰਫਲ ਦੇ ਵਿੱਚੋਂ ਅਸੀਂ ਇੱਕ ਚੱਕਰ ਦਾ ਜੋ ਖੇਤਰਫਲ ਹੈਗਾ ਜੋ ਇਹਦੇ ਨਾਲ ਟਕਿਆ ਗਿਆ ਹੈ ਉਸ ਨੂੰ ਜੋ ਸਾਡੇ ਅ ਅਰਧ ਗੋਲੇ ਦੇ ਆਧਾਰ ਨੇ ਠਗਿਆ ਸੀ ਉਸ ਨੂੰ ਘਟਾ ਦੇਵਾਂਗੇ ਤਾਂ ਸਾਡੇ ਕੋਲ ਆ ਜੋ ਕੋਨਿਆਂ ਦਾ ਖੇਤਰਫਲ yellow color ਦੇ ਤੁਸੀਂ ਦੇਖ ਰਹੇ ਹੋ ਇਹ ਸਾਡੇ ਕੋਲ ਬਚ ਜਾਵੇਗਾ ਭਾਵ ਅਸੀਂ ਉਸ ਨੂੰ ਵੀ ਇਹਨਾਂ ਦੇ ਵਿੱਚ ਐਡ ਆਨ ਕਰ ਦੇਣਾ ਹੈ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਕੰਬੀਨੇਸ਼ਨ ਸਾਡੇ ਕੋਲ ਹੋ ਸਕਦੇ ਹਨ ਜਿਨ੍ਹਾਂ ਦਾ ਅਸੀਂ ਬੜੀ ਆਸਾਨੀ ਨਾਲ ਸਤ੍ਹਾ ਦਾ ਖੇਤਰਫਲ ਪਤਾ ਕਰ ਸਕਦੇ ਹਾਂ ਮੈਨੂੰ ਪੂਰਨ ਉਮੀਦ ਹੈ ਕਿ ਇਹ ਐਕਟੀਵਿਟੀ ਆਪਜੀ ਨੂੰ ਚੰਗੀ ਤਰ੍ਹਾਂ ਸਮਝ ਦੇ ਵਿੱਚ ਆ ਗਈ ਹੋਵੇਗੀ। ਧੰਨਵਾਦ।